ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ, ਪੰਜਾਬ ਹੈਰੀਟੇਜ ਦਾਸਤਾਨ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਖਾਲਸਾ ਰਾਜ ਫੁੱਟਸਟੈਪ ਇਨ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਲਾਹੌਰ ਤੋਂ ਬੁੱਢਾ ਟੋਲਾ। ਅਗਰ ਤੁਸੀਂ ਨਾਰੋਵਾਲ ਆਉਂਦੇ ਹੋ ਤਾਂ ਨਾਰੋਵਾਲ ਦੇ ਥੋੜ੍ਹਾ ਜਿੰਨਾ ਪਹਿਲੇ 12 ਕਿਲੋਮੀਟਰ ਪਹਿਲੇ ਤੁਹਾਨੂੰ ਪਏਗਾ ਬੁੱਢਾ ਟੋਲਾ, ਔਰ ਬੁੱਢਾ ਟੋਲਾ ਤੋਂ ਤੁਸੀਂ ਅਗਰ ਲੈਫਟ ਸਾਈਡ 'ਤੇ ਅੰਦਰ 3.5 ਕਿਲੋਮੀਟਰ ਦੇ ਫਾਸਲੇ 'ਤੇ ਆਉਂਦੇ ਹੋ ਅਲੀਪੁਰ ਸੈਦਾ ਸ਼ਰੀਫ ਰੋਡ ਦੇ ਉੱਤੇ, ਤਾਂ ਤੁਹਾਨੂੰ ਪਿੰਡ ਮਿਲੇਗਾ ਇੱਥੇ ਨਿਦੋਕੇ। ਨਿਦੋਕੇ ਪਿੰਡ ਦੇ ਵਿੱਚ ਮੇਰੇ ਦੋਸਤ ਸਰਦਾਰ ਨਵਦੀਪ ਸਿੰਘ ਗਿੱਲ ਜੀ ਔਰ ਉਹਨਾਂ ਦੇ ਫਾਦਰ ਸਰਦਾਰ ਜਸਵੰਤ ਸਿੰਘ ਗਿੱਲ ਜੀ ਔਰ ਉਹਨਾਂ ਦੇ ਦਾਦਾ ਲੇਟ ਮਰਹੂਮ ਜਿਹੜੇ ਨੇ ਸਰਦਾਰ ਬੇਲਾ ਸਿੰਘ ਜੀ ਜਿਹੜੇ ਨੇ, ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇੱਥੇ। ਸਰਦਾਰ ਹਰਮਾਨ ਸਿੰਘ ਜੀ, ਸਰਦਾਰ ਧਿਆਨ ਸਿੰਘ ਜੀ, ਇਹ ਮੇਰੇ ਨਾਲ ਬਜ਼ੁਰਗ ਬੈਠੇ ਨੇ। ਇਹਨਾਂ ਨੇ ਬਚਪਨ ਦੇ ਵਿੱਚ ਉਹਨਾਂ ਨੂੰ ਦੇਖਿਆ ਬਕਾਇਦਾ, ਹਾਂ ਹੋਸ਼ ਦੇ ਵਿੱਚ ਇਹਨਾਂ ਨੇ ਦੇਖਿਆ, ਔਰ ਇਹਨਾਂ ਦੀ ਏਜ 100 ਈਅਰਸ ਹੈ, 100 ਸਾਲ ਦੇ ਹੋਏ ਨੇ, ਔਰ ਮਾਸ਼ਾਅੱਲਾ ਇਹਨਾਂ ਦੀ ਸੁਰਤ ਵੀ ਕਾਇਮ ਹੈ। ਔਰ ਪ੍ਰਾਇਮਰੀ ਸੋਰਸ ਦੀ ਬੜੀ ਇੱਕ ਅੱਛੀ ਮੈਂ ਕਹਾਂਗਾ ਮੈਨੂੰ ਫੁੱਟਸਟੈਪ ਮਿਲਿਆ। ਬਾਬਾ ਜੀ ਕੀ ਨਾਮ ਹੈ ਆਪਣਾ? ਨਵਾਬ। ਵਾਹ ਜੀ ਵਾਹ, ਇਹ ਬਾਬਾ ਜੀ ਦਾ ਨਾਮ ਨਵਾਬ ਹੈ, ਠੀਕ ਹੈ ਜੀ। ਦਾਨੀ ਦਾ ਪੁੱਤਰ ਹੈ, ਦਾਨੀ ਦਾ ਪੁੱਤਰ, ਦਾਨੀ ਦਾ ਪੁੱਤਰ, ਠੀਕ ਹੈ ਜੀ, ਵੈਰੀ ਗੁੱਡ। ਅਤੇ ਮੈਨੂੰ ਦੱਸੋ ਤੁਸੀਂ ਕਿ ਇਹ ਕੋਈ ਗੱਲਬਾਤ ਦੱਸੋ, ਜਿਹੜੇ ਇੱਥੇ ਲੋਕ ਸਰਦਾਰ ਰਹਿੰਦੇ ਸਨ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਵਾਂ, ਸਰਦਾਰ ਬੇਲਾ ਸਿੰਘ ਔਰ ਅੱਗੋਂ ਉਹਨਾਂ ਦੇ ਜਿਹੜੇ ਪੁੱਤਰ ਸਨ ਧਿਆਨ ਸਿੰਘ, ਹਰਮਾਨ ਸਿੰਘ ਔਰ ਉਹਨਾਂ ਦਾ ਬੇਟਾ ਜਸਵੰਤ ਸਿੰਘ ਜਿਹੜਾ, ਜਸਵੰਤ ਛੋਟਾ ਹੀ ਸੀ ਨਾ ਉਦੋਂ, 4 ਸਾਲਾਂ ਦਾ। ਅੱਛਾ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ, ਦੱਸੋ ਜ਼ਰਾ। ਬੜੇ ਸੀ, ਕੁਲਵਾਹੀ ਕਾਰੋਬਾਰ ਉਹਨਾਂ ਦਾ ਹੀ ਕਰ ਦਿੰਦੇ। ਅੱਛਾ, ਤੁਸੀਂ ਹਾਂ ਕਾਰੋਬਾਰ ਉਹਨਾਂ ਦਾ ਕਰ ਦਿੰਦੇ, ਠੀਕ ਹੈ, ਸਹੀ ਹੈ। ਉਹਨਾਂ ਦੀ ਵਾਈ ਬੀਜੀ ਕਰਦੇ ਸੀ? ਬੜੀ ਵਾਈ ਜੋਤੀ ਹੁੰਦੀ। ਅੱਛਾ, ਵਾਈ ਜੀ ਜੀ, ਆਮ ਬੜੀ ਵਾਈ ਜੋਤੀ ਉਹਨਾਂ ਦੀ। ਸਹੀ, ਜ਼ਰਾ ਉੱਚੀ ਬੋਲੋ ਕਿਤੇ। ਕਾਜੀ ਮੇਰੀ ਜੀ ਅੱਛੇ ਜੀ ਸਨ। ਅੱਛੇ ਜੀ, ਕਿਸ ਤਰ੍ਹਾਂ ਦਾ ਮਿਲਣ ਵਰਤਨ ਸੀ ਤੁਹਾਡੇ ਨਾਲ? ਸਾਡੇ ਨਾਲ ਬੜਾ ਚੰਗਾ, ਬਹੁਤ ਅੱਛਾ ਮਿਲਣ ਵਰਤਨ, ਬੜਾ ਬੜਾ ਚੰਗਾ। ਅੱਜ ਕੱਲ੍ਹ ਉਹ ਪਹੁੰਚ ਗਏ ਨੇ ਆਸਟ੍ਰੇਲੀਆ। ਅੱਛਾ ਜੀ, ਹਾਂਜੀ, ਉਹ ਸਾਰੇ ਹੀ ਜਾ ਕੇ ਲੱਗੇ ਨੇ, ਜਿਸ ਤਰ੍ਹਾਂ ਕਾਲਜ ਦੇ ਹੈੱਡ ਮਾਸਟਰ ਹੁੰਦੇ ਨੇ ਨਾ, ਉਂਝ ਸਾਰਿਆਂ ਨੇ ਉਹੀ ਕੀਤਾ, ਪ੍ਰਿੰਸੀਪਲ ਬਣੇ ਨੇ ਉੱਥੇ ਜਾ ਕੇ, ਉਹਨਾਂ ਜਾ ਕੇ ਪੜ੍ਹਾਈ ਬਹੁਤ ਜ਼ਿਆਦਾ ਕੀਤੀ ਹੈ। ਫਿਰ ਉਹ ਉੱਥੋਂ ਇੱਥੋਂ ਗੁਰਦਾਸਪੁਰੋਂ ਚਲ ਗਏ ਹਰਿਆਣੇ, ਔਰ ਹਰਿਆਣੇ ਤੋਂ ਹੁਣ ਚਲ ਗਏ ਨੇ ਆਸਟ੍ਰੇਲੀਆ, ਇੰਡੀਆ ਵਿੱਚ ਛੱਡ ਗਏ ਨੇ ਉਹ, ਠੀਕ। ਹਾਂਜੀ, ਅਤੇ ਉਹ ਆਉਂਦੇ ਸਨ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ, ਮੈਂ ਆਪਣੇ ਬਚਪਨ ਦੇ ਲੋਕਾਂ ਨੂੰ ਯਾਦ ਕਰਨਾ ਚਾਹੁੰਦਾ, ਮੈਂ ਆਪਣੇ ਵਾਲਦ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਨੇ, ਭੈਣ ਭਰਾਵਾਂ ਦੀਆਂ ਕਰਨੀਆਂ ਨੇ। ਉਹਨਾਂ ਦੀ ਇੱਕ ਭੂਆ ਆਈ ਵੀ ਸੀ ਇੱਥੇ, ਆਈ ਸੀ, ਉਹ ਉੱਥੇ ਵਿਆਹੀ ਸੀ, ਕੀ ਪਿੰਡ ਗੁੰਨੇ, ਗੁੰਨੇ, ਵਾਹ ਜੀ ਵਾਹ, ਵੈਲ ਡਨ, ਬਿਲਕੁਲ ਬਿਲਕੁਲ, ਗੁੰਨੇ ਵਿਆਹੀ ਸੀ, ਉਹ ਫਿਰ ਨਾਲ ਆਪਣੇ ਜੀ ਲੈ ਕੇ ਆਈ, ਆਪਣੇ ਆਦਮੀ ਨੂੰ ਨਾਲ, ਇੱਕ ਬੱਚੀ ਸੀ ਬੜੀ ਜਵਾਨ, ਇਹ 70 ਦੀ ਗੱਲ ਹੈ। ਹਾਂਜੀ, ਉਹਨੇ 25 ਆ ਕੇ ਸਾਰੀ ਦੁਪਹਿਰ ਫਿਰ ਨਾ ਸਾਨੂੰ ਗੱਲਾਂ ਬਾਤਾਂ ਕਰਦੇ ਰਹੇ। ਲਓ ਜੀ, ਹੁਣ ਪੁਰਾਣੀ ਯਾਦਾਂ। ਵਾਹ ਜੀ ਵਾਹ। ਅੱਛਾ, ਹੁਣ ਮੈਨੂੰ ਤੁਸੀਂ ਦੱਸੋ ਕਿ ਜਦੋਂ ਤੁਸੀਂ ਇਹਨਾਂ ਦੇ ਘਰ ਆਉਂਦੇ ਜਾਂਦੇ ਸੀ, ਤੁਹਾਡਾ ਕਿੰਝ ਦਾ ਰਹਿਣ ਬਹਿਣ ਸੀ, ਕੀ ਮਿਲਣ ਵਰਤਨ ਸੀ, ਉਹ ਦੱਸੋ ਜ਼ਰਾ ਥੋੜ੍ਹਾ ਜਿਹਾ। ਕੋਈ ਗੱਲ, ਕੋਈ ਬਾਤ ਸੁਣਾਓ, ਸਰਦਾਰ ਬੇਲਾ ਸਿੰਘ ਦੀਆਂ, ਧਿਆਨ ਸਿੰਘ ਦੀਆਂ, ਅਰਮਾਨ ਸਿੰਘ ਦੀ, ਕੋਈ ਜਿਹੜੀ ਚੰਗੀ ਜੀ, ਬਿਲਕੁਲ ਕੋਈ ਗੱਲ ਨਹੀਂ, ਦੱਸੋ ਨਾ ਕੋਈ ਚੰਗੀ ਗੱਲ ਹੀ ਮੈਂ ਪੁੱਛਣ ਲੱਗਾ। ਚੰਗੀ ਕਿਹੋ ਹੀ ਸੀ? ਹਾਂਜੀ, ਕਿਹੋ ਹੀ ਸੀ, ਚੰਗੇ ਹੀ ਬਈ, ਚੰਗੇ ਰੋਟੀ ਚੋਟੀ, ਕਾਰੋਬਾਰ ਚੰਗੇ ਕਰਦੇ, ਅਸੀਂ ਵੀ ਕਮਾ ਕੇ ਉਹਨਾਂ ਕੋਲ ਰੋਟੀ ਖਾਂਦੇ ਹਾਂ। ਸਹੀ, ਕਾਰੋਬਾਰ ਕਰਦੇ ਹਾਂ, ਤੁਹਾਨੂੰ ਚੰਗਾ ਜਾਣਦੇ ਹਾਂ, ਅਸਲ 'ਚ ਦੱਸਿਆ ਜੀ, ਉਹਨੂੰ ਜੀ ਬੱਚਿਆਂ ਵਾਂਗੂ ਤੁਹਾਨੂੰ ਪਿਆਰ ਕਰਦੇ ਸੀ, ਬੜਾ। ਅੱਛਾ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਹੈ, ਜਦੋਂ ਵੀ ਮੈਂ ਕਿਸੇ ਕੋਲ ਪਹੁੰਚਿਆ ਵਾਂ ਕਿਸੇ ਵੀ ਜਗ੍ਹਾ ਦੇ ਉੱਤੇ, ਖੋਰੇ ਸੱਚ ਜਾਂ ਖਾਲਸਾ ਰਾਜ ਫੁੱਟਸਟੈਪਸ ਬਾਰੇ 'ਚ, ਜਿਹੜੇ ਬਜ਼ੁਰਗ 1947 ਤੋਂ ਪਹਿਲੇ ਜਿਨ੍ਹਾਂ ਨੂੰ ਸੁਰਤ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਆਪਣੀ ਬਹੁਤ ਜ਼ਿਆਦਾ ਹੋਸ਼ ਸੀ, ਉਹ ਇੰਨੇ ਪਿਆਰ ਦੀਆਂ ਗੱਲਾਂ ਕਰਦੇ ਨੇ ਕਿ ਜਿਹੜੇ ਰਾਈਟਰ ਸਾਡੇ ਲਿਖਦੇ ਨੇ ਜਾਂ ਕਿਤਾਬਾਂ 'ਚ ਲਿਖਿਆ ਜਾਂਦਾ, ਜੋ ਬਿਲਕੁਲ ਉਹਦੇ ਓਪੋਜ਼ਿਟ ਹੈ, ਪਤਾ ਨਹੀਂ, ਕੋਈ ਸਮਝ ਨਹੀਂ ਆਉਂਦੀ ਕਿ ਲਿਖਣ ਵਾਲਿਆਂ ਦੇ ਵਿੱਚ ਕੋਈ ਫਾਲਟ ਆ ਗਿਆ ਜਾਂ ਉਹ ਜਿਹੜਾ ਗੋਲਡ ਕੁਆਇਨ ਪਿੱਛੋਂ ਦਿਖਾਉਂਦੇ ਨੇ ਪੈੱਨ ਦੇ ਵਿੱਚ ਪੈ ਰਿਹਾ ਅਤੇ ਪੈੱਨ ਥੱਲੋਂ ਲਿਖ ਰਿਹਾ, ਸ਼ਾਇਦ ਉਹ ਵਾਲਾ ਮਾਮਲਾ ਤਾਂ ਨਹੀਂ ਹੈ ਕਿਧਰੇ। ਪੰਜਾਬੀਆਂ ਨੂੰ ਆਖਰ ਕਿਉਂ ਇੱਕ ਦੂਜੇ ਤੋਂ ਦੂਰ ਕੀਤਾ ਜਾ ਰਿਹਾ, ਕਿਉਂ ਇੱਕ ਦੂਜੇ ਦੇ ਦਰਮਿਆਨ ਜਿਹੜੀ ਹੈ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਕਿਉਂ ਐਸਾ ਵੈਸਾ ਲਿਖਿਆ ਜਾਂਦਾ ਕਿ ਜਿਹਦੇ ਨਾਲ ਭੜਕਣੀ ਆਉਂਦੀ ਹੈ ਕਿ ਇੱਕ ਦੂਜੇ ਤੋਂ ਨਫ਼ਰਤ ਹੀ ਹੋ ਜਾਏ, ਪਿਆਰ ਨਾ ਹੋਵੇ,
ਮੈਂ ਪਿੰਡ ਦੇ ਇਸ ਵੇਲੇ 5 ਲੋਕਾਂ ਨਾਲ ਮੈਂ ਗੱਲ ਕਰ ਚੁੱਕਿਆ ਵਾਂ, ਕਿਸੇ ਇੱਕ ਬੰਦੇ ਨੇ ਨਹੀਂ ਕਿਹਾ ਕਿ ਵੀ ਕੋਈ ਸਿੱਖ ਕਿਸੇ ਮੁਸਲਮਾਨ ਦੀ ਧੀ ਭੈਣ ਵੱਲ ਦੇਖਦਾ ਸੀ ਜਾਂ ਕੋਈ ਮੁਸਲਮਾਨ ਕਿਸੇ ਦੀ ਸਿੱਖ ਦੀ ਧੀ ਭੈਣ ਵੱਲ ਪੁਆਇੰਟ ਟੂ ਬੀ ਨੋਟਡ ਕਿ ਇਹ ਕ੍ਰਿਸਚੀਅਨ ਹਨ, ਯਾਨੀ ਤਿੰਨ ਕਮਿਊਨਿਟੀਆਂ ਮੁਸਲਿਮ ਸਿੱਖ ਸਿਆਲਕੋਟ ਦੇ ਲਾਗੇ ਬਿਲਕੁਲ, ਤੇ ਉੱਥੇ ਵੀ ਮੈਨੂੰ ਜਿਹੜੀ ਕ੍ਰਿਸਚੀਅਨ ਕਮਿਊਨਿਟੀ ਸੀ ਉਹਨਾਂ ਨੇ ਵਿਟਨੈਸ ਦਿੱਤੀ ਸੀ ਕਿ ਵੀ ਸਾਡਾ ਕੋਈ ਵੀ ਕਿਸੇ ਦੇ ਨਾਲ ਇਖਤਲਾਫ ਕੋਈ ਨਹੀਂ ਸੀ, ਨਾ ਸਿੱਖ ਮੁਸਲਿਮ ਦਾ, ਨਾ ਥਰਡ ਕਮਿਊਨਿਟੀ। ਉਸ ਵੇਲੇ ਕ੍ਰਿਸਚੀਅਨ ਜਿਹੜੇ ਨੇ ਪ੍ਰੋਪਰ ਤੌਰ 'ਤੇ ਕ੍ਰਿਸਚੀਅਨ ਤਾਂ ਨਹੀਂ ਸਨ, ਲੇਕਿਨ ਉਹ ਦੱਸਦੇ ਨੇ ਕਿ ਵੀ ਫਿਰ ਵੀ ਸਾਡੇ ਨਾਲ ਜਿਹੜਾ ਵਿਵਹਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਜ਼ਬਰਦਸਤ ਸੀ, ਬਹੁਤ ਅੱਛਾ ਸੀ, ਔਰ ਆਪਣੀ ਔਲਾਦ ਦੀ ਤਰ੍ਹਾਂ ਜਿਸ ਤਰ੍ਹਾਂ ਬੱਚਿਆਂ ਨੂੰ ਪਿਆਰ ਕੀਤਾ ਜਾਂਦਾ ਉਸ ਤਰੀਕੇ ਨਾਲ ਪਿਆਰ ਕਰਦੇ ਸੀ। ਅਤੇ ਕੋਈ ਵਾਕਿਆ ਦੱਸੋ ਨਾ ਤੁਹਾਨੂੰ ਉਹਨਾਂ ਨੇ ਬੱਚਿਆਂ ਤਰ੍ਹਾਂ ਜਿਹੜਾ ਪਿਆਰ ਕੀਤਾ ਉਹਦੇ ਮਤਲਬ, ਕੋਈ ਗੱਲ ਦੱਸੋ ਉਹਨਾਂ ਦੀ, ਬਾਬਾ ਬੇਲਾ ਸਿੰਘ ਦੀ ਗੱਲ ਦੱਸੋ, ਹਰਮਾਨ ਸਿੰਘ ਗੱਲ ਸੁਣੋ, ਉਹ ਤੁਹਾਡੇ ਯਾਰ ਬਾਬਾ ਨਾਮ ਸਿੰਘ ਤੇ ਤੁਹਾਡਾ ਯਾਰ ਸੀ ਨਾ, ਉਹ ਤੇ ਤੁਹਾਡੇ ਨਾਲ ਤੇ ਅੱਬੇ ਨਾਲ ਘੁਲਦਾ ਵੀ ਰਿਹਾ, ਨਹੀਂ ਉਹ ਤੇ ਅੱਬੇ ਉਹਨਾਂ ਦਾ ਹਾਣੀ ਸੀ ਨਾ, ਹਾਂਜੀ ਅਸੀਂ ਤੇ ਉਹਦੇ ਬੱਚੇ ਹਾਂ ਨਾ, ਹਾਂਜੀ ਤੇ ਮੈਂ ਪੂਰਾ ਕੰਮ ਕਰ ਦਿੰਦਾ ਹਾਂ ਬਾਬੇ ਦੇ ਨਾਲ। ਬਾਬਾ ਬੇਲਾ ਸਿੰਘ ਮੰਜੀ ਤੇ ਬਹਿ ਕੇ ਪੂਰੀ ਦੁੱਧ ਦੀ ਬਾਲਟੀ ਪੀ ਛੱਡਦਾ ਹੈ, ਉਦੋਂ ਅਖਲਾਕ ਤੇ ਮੁਹੱਬਤ ਸੀ, ਹੁਣ ਇਹ ਗੱਲ ਨਹੀਂ ਰਹੀ, ਹੁਣ ਹਰ ਜਗ੍ਹਾ ਤੇ ਪੁਆਇੰਟ ਬਦਲ ਗਏ। ਬਾਬਾ ਰੁਕ ਜਾਂਦੇ ਨੇ ਧਰਮੀ ਲੋਕ, ਧਰਮੀ ਲੋਕ ਦੱਸੋ ਨਾ ਫਿਰ ਹੁਣ ਗੱਲਾਂ ਜਿਹੜੀਆਂ ਕਰਦੇ ਸੋ ਅੱਜ ਦੱਸੋ ਨਾ ਸਾਰੇ, ਆਏ ਦੱਸੋ ਤੁਹਾਡੀ ਦੁਬਾਰਾ ਗੱਲ ਉੱਥੇ ਜਾਣੀ, ਉਹਨਾਂ ਦੇ ਸਾਰੀ ਔਲਾਦ ਨੇ ਤੁਹਾਨੂੰ ਦੇਖਣਾ ਹੈ, ਤੁਹਾਨੂੰ ਮਿਲਣ ਵਾਸਤੇ। ਅੱਛਾ ਹਾਂ, ਤੁਹਾਨੂੰ ਮਿਲਣ ਲਈ ਆਣਾ ਉਹਨਾਂ ਨੇ, ਕੋਈ ਗੱਲ ਨਹੀਂ ਜੀ। ਨਵਦੀਪ ਵੀਰ ਜੀ ਔਰ ਸਰਦਾਰ ਜਸਵੰਤ ਸਿੰਘ ਗਿੱਲ ਜੀ, ਇਹ ਮਤਲਬ ਕਿ ਇਹਨਾਂ ਨੇ ਤੁਹਾਡੇ ਜਿਹੜੇ ਪਿਤਾ ਜੀ ਨੇ ਉਹਨਾਂ ਦੀ ਬੜੀ ਖਿਦਮਤ ਕੀਤੀ ਹੈ, ਠੀਕ ਹੈ ਜੀ। ਕਹਿ ਰਹੇ ਨੇ ਕਿ ਸਰਦਾਰ ਬੇਲਾ ਸਿੰਘ ਜੀ ਦੇ ਨਾਲ ਮੈਂ ਧਾਰ ਵੀ ਕੱਢਦਾ ਰਿਹਾ ਜਾਨਵਰਾਂ ਦੀ, ਬਾਹਰੋਂ ਦਾਣਾ ਪੱਕਾ ਵੀ ਲੈ ਕੇ ਆਉਂਦਾ ਸੀ ਔਰ ਜ਼ਮੀਨ ਦੀ ਹਲਵਾਈ ਵੀ ਕਰਦੇ ਸੀ ਔਰ ਮੈਨੂੰ ਆਪਣੇ ਪੁੱਤਰ ਦੀ ਤਰ੍ਹਾਂ ਜਾਣਦੇ ਸੀ। ਤੁਸੀਂ ਆਪਣਾ ਨਾਮ ਦੁਬਾਰਾ ਦੱਸੋ। ਨਵਾਬ, ਨਵਾਬ ਨਾਮ। ਤੇ ਤੁਹਾਡੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਦਾਨੀ। ਘੋੜੀਆਂ ਰੱਖੀਆਂ, ਟੈਲੀਫੋਨ ਸਾਰੀ ਇਨਫੋਰਮੇਸ਼ਨ ਲਈ ਹੈ। ਉਹ ਕਹਿੰਦੇ ਕਿ ਘੋੜੀ ਰੱਖੀ ਹੁੰਦੀ ਸੀ ਬਹੁਤ ਅੱਛੀ, ਤੇ ਬਾਬਾ ਹਰਨਾਮ ਸਿੰਘ ਜਿਹੜੇ ਹਨ ਨਾ ਉਹ ਕਿ ਉਹਨਾਂ ਦੀ ਜ਼ਬਾਨ ਥੋੜੀ ਜਿਹੀ ਤੁਤਲੀ ਸੀ ਤੇ ਉਹ ਜੋ ਗੱਲ ਕਰਦੇ ਆ ਥੱਥੇ ਆਉਂਦੇ ਸਨ, ਤੇ ਇਹ ਬਾਬਾ ਜੀ ਦੇ ਉਹਨਾਂ ਨੇ ਉੱਥੋਂ ਦਾਣੇ ਚੁੱਕੇ ਕਮ ਅਜ਼ ਕਮ 5-5 ਮਣ ਕੱਪੜ ਚ ਪਾ ਕੇ, 5-5 ਮਣ ਦਾਣੇ ਦੋਵਾਂ ਨੇ ਚੁੱਕੇ ਜਿਹੜੇ ਅੱਜ ਦੇ ਹਿਸਾਬ ਨਾਲ 5 × 24 200 ਕੇਜੀ ਬਣਦੇ ਨੇ, 200 ਕੇਜੀ ਚੁੱਕ ਕੇ ਉੱਥੋਂ ਦੌੜ ਕੇ ਆਏ ਨੇ। ਦਾਦੇ ਘੋੜੀ ਬਹਿ ਗਈ ਇਹਨਾਂ ਦੇ ਟੋੜੀਆਂ ਦੇ ਘੋੜੀ ਬਹਿ ਗਈ ਸੀ ਤੇ 5 ਮਣ ਦਾਣੇ ਜਿਹੜੇ ਨੇ ਘਰ ਤੱਕ ਸਿਰ ਤੇ ਰੱਖ ਕੇ ਲੈ ਆਉਂਦੇ ਨੇ, ਬੜੀ ਗੱਲ ਹੈ ਜੀ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਹਨਾਂ ਬਜ਼ੁਰਗਾਂ ਦੇ ਨਾਲ ਜਿਹੜਾ ਮੈਂ ਕੋਸ਼ਿਸ਼ ਕਰਨਾ ਵਾਂ ਕਿ ਸਰਦਾਰ ਜਸਵੰਤ ਸਿੰਘ ਜਿਹੜੇ ਕਿ ਉਸ ਵਕਤ ਇਸ ਬੱਚੇ ਦੀ ਹਾਣੀ ਸਨ, 4 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਵੰਡ ਪੈ ਗਈ ਸਰਦਾਰ ਜਸਵੰਤ ਸਿੰਘ ਤੇ ਬਹੁਤ ਛੋਟਾ ਸੀ ਨਾ, ਤੇ ਉਹ ਤੁਸੀਂ ਦੇਖਿਆ ਨਿੱਕਾ ਜਸਵੰਤ ਜਿਹੜਾ ਸੀ ਪ੍ਰਿੰਸੀਪਲ ਰਿਟਾਇਰ ਹੋਇਆ। ਸਰਦਾਰ ਜਸਵੰਤ ਸਿੰਘ ਜੀ ਐ ਨੇ ਬਾਊ ਜੀ ਜਿਹੜੇ ਤੁਹਾਨੂੰ ਚੁੱਕ ਕੇ ਖੜਾਉਂਦੇ ਰਹੇ ਨੇ, ਆਪਣੇ ਕੁੱਛੜ ਚੁੱਕ ਕੇ ਖੜਾਉਂਦੇ ਰਹੇ ਨੇ। ਆਹ ਦੇਖ ਲਓ, ਉਹ ਅੱਜ ਬਾਊ ਜੀ ਦੇਖ ਲਓ ਤੁਹਾਡੇ ਸਾਹਮਣੇ, ਤੁਸੀਂ ਵੀ ਓਨਾ ਹੀ ਲੱਗਦੇ ਤੇ ਉਹਨਾਂ ਦੀ ਉਮਰ ਵੀ ਓਨੀ ਕੀ ਲੱਗਦੀ ਹੈ, ਮਾਸ਼ਾਅੱਲਾ। ਸਹੀ, ਚਲੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਪੰਜਾਬ ਕਲਚਰ ਹੈਰੀਟੇਜ ਦਾਸਤਾਨ।